ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਚੰਡੀਗੜ੍ਹ ਦੇ ਬਿਲਕੁਲ ਵਿਚਕਾਰ ਸੈਕਟਰ 34 ਦੇ ਮੇਲਾ ਗਰਾਊਂਡ 'ਚ ਮੋਰਚਾ ਲਾ ਦਿੱਤਾ ਗਿਆ ਤੇ ਰਾਤ ਵੇਲੇ ਇੱਥੇ ਕੀ ਮਾਹੌਲ ਹੈ ਉਹ ਸੈਕਟਰ 34 ਜਿੱਥੇ ਪਹਿਲਾਂ ਤਸਵੀਰਾਂ ਕੁਝ ਅਲੱਗ ਹੁੰਦੀਆਂ ਸੀ ਅੱਜ ਜਦੋਂ ਕਿਸਾਨਾਂ ਨੇ ਆ ਕੇ ਮੋਰਚਾ ਲਾ ਦਿੱਤਾ ਤਾਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਕੀ ਹਾਲਾਤ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਕਿਸਾਨ ਅੱਜ ਸਵੇਰ ਤੋਂ ਇੱਥੇ ਪਹੁੰਚਣੇ ਸ਼ੁਰੂ ਹੋਏ ਔਰ ਅੱਜ ਦੀ ਰਾਤ ਵੀ ਇੱਥੇ ਲੰਘਣੀ ਹੈ ਤੇ ਅੱਗੇ ਕਿੰਨੀਆਂ ਰਾਤਾਂ ਲੰਘਣਗੀਆਂ ਉਹ ਸਮਾਂ ਦੱਸੇਗਾ ਪਿੱਛੇ ਤਸਵੀਰ ਤੁਸੀਂ ਦੇਖੋ ਕਿ ਕਿਸਾਨ ਇੱਥੇ ਤੋਂ ਨਜ਼ਰ ਆ ਰਹੇ ਨੇ ਤਾਂ ਫਿਲਹਾਲ ਤਾਸ਼ ਖੇਡ ਕੇ ਮਨੋਰੰਜਨ ਚੱਲ ਰਿਹਾ ਕਿਸਾਨਾਂ ਦਾ ਕਿਉਂਕਿ ਪਹਿਲਾਂ ਜਿਸ ਤਰ੍ਹਾਂ ਦੀਆਂ ਤਸਵੀਰਾਂ ਅਸੀਂ ਵੱਖ ਵੱਖ ਮੋਰਚਿਆਂ ਦੇਖੀਆਂ ਉਧਰ ਲੰਗਰ ਪ੍ਰਸ਼ਾਦਾ ਵੀ ਚੱਲ ਰਿਹਾ ਤਾਂ ਛਕੋ ਜੀ ਛਕੋ ਤੁਸੀਂ ਤਾਂ ਲੰਗਰ ਪ੍ਰਸ਼ਾਦਾ ਵੀ ਇੱਧਰ ਬਣ ਰਿਹਾ ਅੱਗੇ ਆ ਦੇਖੋ ਜੀ ਇੱਥੇ ਹੀ ਲੰਗਰ ਬਣਾਇਆ ਗਿਆ ਤੁਹਾਡੇ ਸਾਹਮਣੇ ਗੈਸ ਪਤੀਲੇ ਸਿਲੰਡਰ ਭਾਂਡੇ ਸਾਰੇ ਨਜ਼ਰ ਆ ਰਹੇ ਆ ਔਰ ਅੱਗੇ ਇਹ ਮੈਨੂੰ ਲੱਗਦਾ ਕਿ ਪ੍ਰਸ਼ਾਦਾ ਪਾਣੀ ਛਕ ਲਿਆ ਜੀ ਤੁਸੀਂ ਹਾਂਜੀ ਲਓ ਜੀ ਇਹ ਪ੍ਰਸ਼ਾਦਾ ਪਾਣੀ ਛਕ ਲਿਆ ਇਹਨਾਂ ਨੇ ਤਾਂ ਪ੍ਰਸ਼ਾਦਾ ਪਾਣੀ ਛਕ ਕੇ ਇਹ ਤਾਂ ਰੈਸਟ ਵਾਲੇ ਪਾਸੇ ਹੋ ਗਏ ਇੱਧਰ ਦੇਖ ਲਓ ਬੱਲਬ ਵੀ ਜਗ ਪਏ ਜਿਵੇਂ ਅੱਗੇ ਮੋਰਚਿਆਂ ਤੇ ਅਸੀਂ ਦੇਖਦੇ ਰਹੇ ਹਾਂ ਉਸੇ ਤਰ੍ਹਾਂ ਬੱਲਬ ਇੱਥੇ ਵੀ ਜਗ ਪਏ ਆ ਮੋਬਾਈਲਾਂ ਦੇ ਚਾਰਜਰ ਲੱਗ ਗਏ ਆ ਤਾਂ ਪਹਿਲਾਂ ਵਾਂਗ ਹੀ ਉਹੀ ਟਰਾਲੀਆਂ ਉਹੀ ਵੱਖ ਵੱਖ ਤਰ੍ਹਾਂ ਦੇ ਬਣਾਏ ਹੋਏ ਕਮਰੇ ਇੱਧਰ ਤੁਸੀਂ ਦੇਖੋ ਕਿ ਨਿੱਕਾ ਜਿਹਾ ਤੁਸੀਂ ਕਹਿ ਲਓ ਕਿ ਹਾਲਾਂਕਿ ਕਿਸੇ ਗੁਰੂ ਘਰ ਤੋਂ ਆਈ ਲੱਗਦੀ ਹੈ ਇਹ ਵਹੀਕਲ ਏਸੀ ਲੱਗਾ ਹੋਇਆ ਤੇ ਇਹਦੇ ਅੰਦਰ ਵੀ ਪ੍ਰਬੰਧ ਕੀਤਾ ਗਿਆ ਹੋਏਗਾ ਤਾਂ ਅੱਗੇ ਆ ਜਾਓ ਜੀ ਇਹ ਤਸਵੀਰਾਂ ਚੰਡੀਗੜ੍ਹ ਦੇ ਪਹਿਲਾਂ ਕਿ ਤੁਹਾਨੂੰ ਵਾਈਟ ਤਸਵੀਰ ਦਿਖਾ ਦਈਏ ਕਿ ਇਹ ਉਹ ਗਰਾਊਂਡ ਹੈ ਜੀ ਜਿਹਨੂੰ ਮੇਲਾ ਗਰਾਊਂਡ ਕਹਿੰਦੇ ਆ ਸੈਕਟਰ 34 ਦਾ ਮੇਲਾ ਗਰਾਊਂਡ ਕਿਉਂ ਕਹਿੰਦੇ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਇੱਕ ਵੱਡਾ ਗਰਾਊਂਡ ਔਰ ਇੱਧਰ ਮੇਲਾ ਚੱਲ ਵੀ ਰਿਹਾ ਦੋ ਪਾਸੇ ਇੱਥੇ ਫਿਲਹਾਲ ਮੇਲੇ ਲੱਗੇ ਹੋਏ ਆ ਚੰਡੋਲਾਂ ਚੱਲ ਰਹੀਆਂ ਝੂਲੇ ਚੱਲ ਰਹੇ ਨੇ ਤਾਂ ਇਸੇ ਕਰਕੇ ਉਹਨੂੰ ਮੇਲਾ ਗਰਾਊਂਡ ਕਹਿੰਦੇ ਵੀ ਇੱਥੇ ਜਿੰਨੇ ਵੱਡੇ ਪ੍ਰੋਗਰਾਮ ਮੇਲੇ ਲੱਗਦੇ ਨੇ ਜਾਂ ਇਕੱਠ ਹੁੰਦੇ ਨੇ ਇੱਥੇ ਹੁੰਦੇ ਨੇ ਪਰ ਹੁਣ ਇਸ ਮੇਲੇ ਦੇ ਵਿੱਚ ਕਿਸਾਨਾਂ ਨੇ ਵੱਖਰਾ ਇੱਕ ਪ੍ਰਦਰਸ਼ਨ ਰੂਪੀ ਮੇਲਾ ਜਿਹੜਾ ਹੈਗਾ ਉਹ ਲਾ ਦਿੱਤਾ ਇਹ ਪੂਰਾ ਗਰਾਊਂਡ ਹੈ ਜਿੱਥੇ ਕੱਲ ਨੂੰ ਕਿਸਾਨਾਂ ਨੇ ਇਕੱਠੇ ਹੋਣਾ ਅੱਜ ਵੀ ਵੱਡੀ ਗਿਣਤੀ ਕਿਸਾਨ ਇਕੱਠੇ ਹੋ ਗਏ ਆ ਦੇਖੋ ਵੱਖ ਵੱਖ ਟਰਾਲੀਆਂ ਕਮਰਾ ਨੁਮਾ ਟਰਾਲੀਆਂ ਜਿਹੜੀਆਂ ਪਹਿਲਾਂ ਅਸੀਂ ਵੱਖ ਵੱਖ ਧਰਨੇ 'ਚ ਦੇਖਦੇ ਰਹੇ ਹਾਂ ਉਹ ਨਜ਼ਰ ਆ ਰਹੀਆਂ ਗੱਦੇ ਵਿਛੇ ਨੇ ਬੇਸ਼ੱਕ ਰਾਤ ਪੈ ਗਈ ਆ ਮੱਛਰ ਵੀ ਹੋਏਗਾ ਭਲਾਂ ਦੀ ਪਰ ਇਹ ਬਾਹਰ ਗੱਦੇ ਲੱਗ ਗਏ ਚਾਹੇ ਟਰਾਲੀਆਂ ਇਸੇ ਤਰ੍ਹਾਂ ਕਿਸਾਨਾਂ ਨੇ ਜਿਵੇਂ ਪੱਕੇ ਮੋਰਚਾ ਤੇ ਰਾਤਾਂ ਕੱਟੀਆਂ ਉਸੇ ਤਰ੍ਹਾਂ ਦੀਆਂ ਰਾਤਾਂ ਹੁਣ ਇੱਥੇ ਕੱਟਣੀਆਂ ਨੇ ਚੰਡੀਗੜ੍ਹ ਦੇ ਸੈਕਟਰ 34 ਬਿਲਕੁਲ ਵਿਚਕਾਰ ਆ ਟਰਾਲੀ ਕਮਰਾ ਨੂੰ ਇੱਧਰ ਪ੍ਰਬੰਧ ਕੀਤਾ ਜਾ ਰਿਹਾ ਕਿ ਕਿਵੇਂ ਤਰਪਾਲ ਵਿਛਾਉਣੇ ਆ ਜਾਂ ਕਿਸ ਤਰ੍ਹਾਂ ਪ੍ਰਬੰਧ ਕਰਨਾ ਹੁਣ ਅਗਲੇ ਪਾਸੇ ਲੈ ਚੱਲਦੇ ਹਾਂ ਤੁਹਾਨੂੰ ਇੱਧਰ ਲੈ ਚੱਲਦੇ ਹਾਂ ਕਿਉਂਕਿ ਹਾਲਾਂਕਿ ਕਾਫੀ ਦੂਰ ਤੱਕ ਕਿਸੇ ਤਰ੍ਹਾਂ ਟਰੈਕਟਰ ਟਰਾਲੀਆਂ ਲੱਗੇ ਹੋਏ ਆ ਵੱਖ ਵੱਖ ਗੱਡੀਆਂ ਵਹੀਕਲਾਂ ਦੇ ਵਿੱਚ ਕਿਸਾਨ ਜਿਹੜੇ ਆਏ ਨੇ ਤੇ ਇੱਧਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿਸਾਨ ਨਜ਼ਰ ਆ ਰਹੇ ਨੇ ਪ੍ਰਸ਼ਾਦਾ ਪਾਣੀ ਛਕ ਰਹੇ ਨੇ ਔਰ ਇੱਥੇ ਆ ਟਰੈਕਟਰ ਖੜੇ ਨੇ ਪਿੱਛੇ ਟਰਾਲੀਆਂ ਲੰਗਰ ਪ੍ਰਸ਼ਾਦੇ ਇੱਧਰ ਬਣ ਰਹੇ ਨੇ ਵੱਖ ਵੱਖ ਇਲਾਕਿਆਂ ਤੋਂ ਜਿਹੜੇ ਕਿਸਾਨ ਉਹ ਇੱਥੇ ਪਹੁੰਚੇ ਨੇ ਇੱਧਰਲੇ ਪਾਸੇ ਤੁਹਾਡੇ ਸਾਹਮਣੇ ਤਸਵੀਰਾਂ ਹਰ ਜਗ੍ਹਾ ਤੇ ਤੁਹਾਨੂੰ ਕਿਉਂਕਿ ਜਿੱਥੇ ਵੀ ਕਿਸਾਨ ਫਿਰ ਬਹਿੰਦੇ ਨੇ ਤਾਂ ਆਪਦਾ ਲੰਗਰ ਪ੍ਰਸ਼ਾਦਾ ਆਪ ਤਿਆਰ ਕਰਦੇ ਨੇ ਤਾਂ ਆਪ ਪੱਖੇ ਵੀ ਲੱਗੇ ਆ ਜੀ ਬਿਜਲੀ ਦਾ ਪ੍ਰਬੰਧ ਹੋ ਗਿਆ ਸਿਲੰਡਰ ਫਿੱਟ ਹੋ ਰਹੇ ਆ ਤਾਂ ਇਹ ਤਸਵੀਰਾਂ ਬੀਬੀਆਂ ਵੀ ਨਜ਼ਰ ਆ ਰਹੀਆਂ ਨੇ ਪ੍ਰਸ਼ਾਦੇ ਬਣ ਰਹੇ ਨੇ ਬੀਬੀਆਂ ਪ੍ਰਸ਼ਾਦੇ ਬਣਾ ਰਹੀਆਂ ਨੇ ਲੰਗਰ ਤਿਆਰ ਹੋ ਰਿਹਾ ਕਿਉਂਕਿ ਹੁਣ ਪੱਕਾ ਮੋਰਚਾ ਇੱਥੇ ਵੀ ਫਿਲਹਾਲ ਦੱਸਿਆ ਜਾ ਰਿਹਾ ਫਿਲਹਾਲ 5 ਦਿਨ ਦੀ ਗੱਲ ਹੋ ਰਹੀ ਹੈ ਪਰ ਕਿੰਨੇ ਦਿਨ ਮੋਰਚਾ ਚੱਲੇਗਾ ਉਹ ਸਮਾਂ ਦੱਸੇਗਾ ਪਰ ਫਿਲਹਾਲ ਇਹ ਚੰਡੀਗੜ੍ਹ ਦੇ ਸੈਕਟਰ 34 ਦੀ ਤਸਵੀਰ ਹੈ ਮੇਲਾ ਗਰਾਊਂਡ ਦੀ ਮੇਲਾ ਇੱਕ ਪਾਸੇ ਰਹਿ ਗਿਆ ਪਰ ਦੂਜੇ ਪਾਸੇ ਕਿਸਾਨਾਂ ਨੇ ਮੋਰਚਾ ਲਾ ਦਿੱਤਾ ਉਗਰਾਹਾਂ ਗਰੁੱਪ ਉਗਰਾਹਾਂ ਜਥੇਬੰਦੀ ਜਿਹੜੀ ਉਹਦੇ ਵੱਲੋਂ ਆਏ ਸਤਿ ਸ੍ਰੀ ਅਕਾਲ ਬਾਪੂ ਜੀ ਉਹਦੇ ਵੱਲੋਂ ਆਏ ਹੋਏ ਇਹ ਕਿਸਾਨ ਨੇ ਬਾਪੂ ਜੀ ਕਿੰਨੇ ਦਿਨ ਚੱਲਣਾ ਮੋਰਚਾ ਇੱਥੇ ਪੰਜ ਦਿਨ ਚੱਲਣਾ ਜੀ ਪੰਜ ਦਿਨ ਚੱਲਣਾ ਉਸ ਤੋਂ ਬਾਅਦ ਵਾਪਸੀ
ਨਹੀਂ ਨਹੀਂ ਵਾਪਸੀ ਨੀ, ਜੇ ਤਾਂ ਸਾਡੇ ਗ੍ਰਾਹਕ ਨੇ ਕਹਿ ਤਾਂ ਗਾਂਹ ਵੀ ਚੱਲੂਗੀ। ਅੱਛਾ, ਜੇ ਗਾਂਹ ਰੱਦ ਬਣ ਗਿਆ ਲੰਮਾ ਵੀ ਚੱਲ ਸਕਦਾ? ਲੰਮਾ ਵੀ ਖਬਰਾਂ ਕਿੰਨਾ ਤੇ ਚੱਲੇਗੀ। ਇੱਥੇ ਹੁਣ ਡੇਰੇ ਬਾਹਰ ਲਾਤੇ ਪਹਿਲਾਂ ਵਾਂਗੂ? ਹਾਂ ਲਾਤੇ ਹੀ ਲਾਤੇ। ਤਾਂ ਕਹਿੰਦੇ ਨੇ ਜੀ ਕਿਰਾਂ ਗੱਲ 5 ਦਿਨ ਦੀ ਆ, ਪਰ ਲੰਮਾ ਮੋਰਚਾ ਚੱਲ ਜੇ ਇਹ ਸਮਾਂ ਦੱਸੂਗਾ। ਇੱਧਰ ਬਾਈ ਜੀ ਹੋਣੀ ਬੈਠੇ, ਬਾਈ ਜੀ ਥੋੜੇ ਅੱਗੇ ਆ ਜਾਓ। ਤਾਂ ਬਾਈ ਜੀ ਹੋਣੀ ਕਿਹੜੀ ਜਗ੍ਹਾ ਤੁਸੀਂ? ਅਸੀਂ ਬਰਨਾਲਾ ਵਜ਼ੀਰ ਕੇ ਕੱਲਾਂ ਜੀ। ਅੱਛਾ, ਬਰਨਾਲਾ ਤੋਂ। ਤਾਂ ਬਾਈ ਜੀ ਮੁੱਖ ਤੌਰ ਤੇ ਕਿਹੜੀਆਂ ਜਿਹੜੀਆਂ ਮੰਗਾਂ ਨੇ ਤੁਹਾਨੂੰ ਲੱਗਦਾ ਕਿ ਜੇ ਉਹਨਾਂ ਤੇ ਸਹਿਮਤੀ ਬਣ ਜੇ ਤਾਂ ਫੇਰ ਇਹ ਮੋਰਚਾ ਖਤਮ ਹੋ ਸਕਦਾ, ਤੇ ਵਰਨਾ ਕੀ ਹਾਲਾਤ ਰਹਿਣਗੇ? ਵਰਨਾ ਫਿਰ ਅੱਗੇ ਵਧਾਇਆ ਜਾਊ ਜੇ ਨਾ ਸਹਿਮਤੀ ਬਣੀ ਜੀ, ਮੋਰਚਾ ਅੱਗੇ ਵਧਾਇਆ ਜਾਏਗਾ। ਮੁੱਖ ਮੰਗਾਂ ਤੁਹਾਡੀਆਂ ਕਿਹੜੀਆਂ ਕਿਹੜੀਆਂ ਨੇ? ਸਾਰਿਆਂ ਨੂੰ ਇਸ ਬਾਰੇ ਦੱਸਿਆ ਗਿਆ, ਜਾਗਰੂਕ ਕੀਤਾ ਗਿਆ? ਹਾਂਜੀ ਹਾਂ, ਇੱਕ ਤਾਂ ਸਾਡੀਆਂ ਮੁੱਖ ਮੰਗ ਆ ਜੀ ਪਰਾਲੀ ਦੀ ਸਮੱਸਿਆ ਜੀ, ਤੇ ਇੱਕ ਸਾਡੀ ਆ ਜਿਹੜੀ MSP ਫਸਲਾਂ ਤੇ ਪੰਜਾਬ ਗਵਰਨਮੈਂਟ ਨੇ ਵਾਅਦਾ ਕੀਤਾ ਸੀ ਉਹ ਨਹੀਂ ਪੂਰਾ ਕੀਤਾ। ਇੱਕ ਹੋਰ ਜੋ ਨਵੇਂ ਕਾਨੂੰਨ ਲੈ ਕੇ ਆਏ ਨੇ ਇਹ, ਉਹਨਾਂ ਬਾਰੇ ਆ ਜੀ ਸਾਡੀਆਂ। ਅੱਛਾ, ਕੱਲ ਨੂੰ ਵਿਧਾਨ ਸਭਾ ਵਾਲੇ ਵੀ ਕੁਝ ਕਰਨ ਦਾ ਪ੍ਰੋਗਰਾਮ ਤੁਹਾਡਾ? ਨਾ ਉਹਦੇ ਬਾਰੇ ਨਹੀਂ ਜੀ ਕੋਈ ਪਤਾ ਸਾਨੂੰ, ਉਹ ਪ੍ਰਧਾਨ ਜੀ ਨੂੰ ਪਤਾ। ਸੁਬਹਾ ਅਸੀਂ ਵਿਧਾਨ ਸਭਾ ਵੱਲ ਪੈਦਲ ਮਾਰਚ ਕਰਨਾ ਜਥੇਬੰਦੀ ਵੱਲੋਂ। ਠੀਕ ਹੈ। ਭਾਰਤੀ ਕਿਸਾਨ ਯੂਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੋਨਾਂ ਤੌਰ ਤੇ ਸਾਂਝੇ ਤੌਰ ਤੇ ਵਿਧਾਨ ਸਭਾ ਵੱਲ ਮਾਰਚ ਕਰਨਾ। ਤਾਂ ਵਿਧਾਨ ਸਭਾ ਵੱਲ ਮਾਰਚ ਕਰਨਾ ਜੀ ਕਹਿੰਦੇ, ਤਾਂ ਇਹ ਤਸਵੀਰਾਂ ਨੇ ਫਿਲਹਾਲ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਕਿਸਾਨਾਂ ਦੇ ਲੱਗੇ ਮੋਰਚੇ ਦੀਆਂ। ਇੱਧਰ ਨਜ਼ਰਾਂ ਮਾਰ ਲਓ ਜੀ, ਟੈਂਟਰ ਖੜੇ ਨੇ, ਟਰਾਲੀਆਂ ਖੜੀਆਂ, ਇਹਨਾਂ ਤੋਂ ਕਮਰਿਆਂ ਦਾ ਕੰਮ ਲਿਆ ਜਾ ਰਿਹਾ ਜਿਵੇਂ ਪਹਿਲਾਂ ਵਾਲੇ ਮੋਰਚਿਆਂ ਦੇ ਵਿੱਚ ਕਿਸਾਨਾਂ ਨੇ ਲਿਆ ਹੈ। ਕਿਉਂਕਿ ਕਹਿੰਦੇ ਨੇ ਕਿ ਜਦੋਂ ਪਹਿਲੀ ਵਾਰੀ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀ ਉਦੋਂ ਬੇਸ਼ੱਕ ਹਾਲਾਤ ਅਲੱਗ ਸੀ, ਪਰ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਨੂੰ ਲਗਾਤਾਰ ਨਜ਼ਰ ਆਉਣ ਲੱਗੀਆਂ। ਕਿਉਂਕਿ ਪ੍ਰਬੰਧ, ਜਿੱਦਾਂ ਕਿਸਾਨ ਕਹਿੰਦੇ ਨੇ ਜੀ ਪ੍ਰਬੰਧ ਅਸੀਂ ਕੀਤਾ ਵਾ, ਟਰਾਲੀਆਂ ਸਾਡੀਆਂ ਪੱਕੀਆਂ ਬਣੀਆਂ ਨੇ, ਹੁਣ ਤਾਂ ਜਦੋਂ ਮੋਰਚਾ ਸਟਾਰਟ ਹੁੰਦਾ ਤਾਂ ਲਿਜਾ ਕੇ ਬਸ ਪੂਰਾ ਤਾਮਝਾਮ ਉੱਥੇ ਫਿੱਟ ਕਰਨਾ ਹੁੰਦਾ। ਪਰ ਫਿਲਹਾਲ ਕੱਲ ਕਿਸਾਨਾਂ ਨੇ ਵਿਧਾਨ ਸਭਾ ਵੱਲ ਕੂਚ ਕਰਨਾ, ਪੈਦਲ ਮਾਰਚ ਕਰਨਾ, ਉਸ ਵੇਲੇ ਕੀ ਹਾਲਾਤ ਰਹਿਣਗੇ, ਕੀ ਸਥਿਤੀ ਰਹੇਗੀ, ਆਉਣ ਵਾਲੇ ਕਿੰਨੇ ਦਿਨ ਇਹ ਮੋਰਚਾ ਜਾਰੀ ਰਹੇਗਾ, ਤੇ ਕੀ ਸਰਕਾਰ ਦੇ ਨਾਲ ਮੁੱਖ ਮੰਗਾਂ ਨੂੰ ਲੈ ਕੇ ਕੋਈ ਸਹਿਮਤੀ ਬਣੇਗੀ, ਸਮਾਂ ਦੱਸੇਗਾ। ਕੈਮਰਾਮੈਨ ਵਿਨੋਦ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।